ਸਤਿ ਸ਼੍ਰੀ ਅਕਾਲ ਕਿਸਾਨ ਦੋਸਤੋ, ਖੇਤੀਬਾੜੀ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਅੱਜ ਆਪਾਂ ਗੱਲ ਕਰਾਂਗੇ ਜੀ, ਜੋ ਕਿਸਾਨ ਵੀਰ ਪਿਆਜ਼ ਲਾਉਂਦੇ ਆ ਆਪਦੇ ਖਾਣ ਜੋਗਾ, ਜਾਂ ਪਿਆਜ਼ ਦੀ ਫਸਲ ਕਰਦੇ ਆ ਜੀ, ਅਤੇ ਉਹਨਾਂ ਦੇ ਵਿੱਚ ਨਦੀਨਾਂ ਦੀ ਸਮੱਸਿਆ ਹੋ ਜਾਂਦੀ ਹੈ, ਉਹਦੇ ਬਾਰੇ ਆਪਾਂ ਗੱਲ ਕਰਾਂਗੇ ਵੀ ਆਪਾਂ ਨੂੰ ਕਿਹੜੀ ਦਵਾਈ ਕਰਨੀ ਚਾਹੀਦੀ ਹੈ। ਕਿਸਾਨ ਵੀਰਾਂ ਨੂੰ ਬੇਨਤੀ ਹੈ ਵੀ ਜੇ ਤਾਂ ਆਪਾਂ ਪਿਆਜ਼ ਲਾਉਣਾ ਥੋੜ੍ਹਾ ਜਿਹਾ ਆਪਦੇ ਖਾਣ ਵਾਸਤੇ ਜੀ, ਤਾਂ ਆਪਾਂ ਉਹਨੂੰ ਗੋਡੀ ਨਾਲ ਵੀ ਉਹਦਾ ਹੱਲ ਕਰ ਸਕਦੇ ਹਾਂ, ਪਰ ਠੰਡ ਦੇ ਵਿੱਚ ਥੋੜ੍ਹਾ ਜਿਹਾ ਆਪਣੇ ਕੋਲ ਟਾਈਮ ਘੱਟ ਹੁੰਦਾ ਜੀ, ਅਤੇ ਨਦੀਨ ਜ਼ਿਆਦਾ ਹੋ ਜਾਂਦੇ ਆ, ਤਰੇੜ ਬਾਹਲੀ ਹੁੰਦੀ ਹੈ, ਅਤੇ ਉਹਦੇ ਵਾਸਤੇ ਕੁਛ ਦਵਾਈਆਂ ਵੀ ਆਉਂਦੀਆਂ, ਆਪਾਂ ਉਹਦੇ ਬਾਰੇ ਗੱਲ ਕਰਾਂਗੇ। ਕਿਸਾਨ ਦੋਸਤੋ, ਅੱਜ ਆਪਾਂ ਕਰ ਰਹੇ ਹਾਂ ਜੀ ਆਪਦੇ ਪਿਆਜ਼ 'ਤੇ ਨਦੀਨਾਂ ਵਾਸਤੇ ਗੋਲ ਦਵਾਈ, ਜੋ ਕਿ ਡੋ ਕੰਪਨੀ ਦੀ ਆਉਂਦੀ ਹੈ, ਇਹ ਕਾਫੀ ਕੰਪਨੀਆਂ ਦੀ ਆਉਂਦੀ ਜੀ, ਆਪਾਂ ਕਿਸੇ ਹੋਰ ਕੰਪਨੀ ਦੀ ਲੈ ਰਹੇ ਹਾਂ, ਆਪਾਂ ਕਿਸੇ ਨਿੱਜੀ ਕੰਪਨੀ ਦੀ ਵੈਸੇ ਐਡ ਨਹੀਂ ਕਰਦੇ। ਇਹ ਹੋਰ ਵੀ ਕਾਫੀ ਕੰਪਨੀਆਂ ਦਾ ਟੈਕਨੀਕਲ ਆਉਂਦਾ ਜੀ, ਇਹਦੇ ਵਿੱਚ ਆਕਸੀਫਲੋਰੋਫਿਨ 23.5 EC ਹੈ ਜੀ, ਅਤੇ ਇਹਦੀ ਜਿਹੜੀ ਕਿੱਲੇ ਦੀ ਡੋਜ਼ ਆ ਉਹ 180 ml ਹੈ ਜੀ, ਅਤੇ ਸਾਡੇ ਕੋਲ ਥੋੜ੍ਹਾ ਜਿਹਾ ਸਮਾਂ ਘੱਟ ਹੁੰਦਾ ਜੀ, ਥੋੜ੍ਹੇ ਰਜੇਵੇਂ ਜ਼ਿਆਦੇ ਆ, ਤਾਂ ਕਰਕੇ ਅਸੀਂ ਸਪਰੇਅ ਦਾ ਸਹਾਰਾ ਲੈ ਰਹੇ ਹਾਂ। ਵੈਸੇ ਕਿਸਾਨ ਵੀਰ, ਜੇ ਕਿਸੇ ਦਾ ਥੋੜ੍ਹਾ ਪਿਆਜ਼ ਲੱਗਾ ਤਾਂ ਇਹਨੂੰ ਗੋਡੀ ਨਾਲ ਵੀ ਹੱਲ ਕਰ ਸਕਦੇ ਹੈ, ਅਤੇ ਇਹਦੀ ਜਿਹੜੀ ਡੋਜ਼ ਹੈ ਜੀ ਉਹ 16 ਲੀਟਰ ਵਾਲੇ ਟੈਂਕ ਦੀ 7 ml ਡੋਜ਼ ਹੈ, 7 ਤੋਂ 10 ml ਡੋਜ਼ ਹੈ ਜੀ। ਜੇ ਤਾਂ ਆਪਣੀ ਨਰਸਰੀ ਹੈ ਪਿਆਜ਼ ਦੀ ਜੀ, ਤਾਂ 5 ml ਡੋਜ਼ ਹੈ। ਜੇ ਆਪਾਂ ਪਿਆਜ਼ ਲਾਏ ਨੂੰ ਹਫ਼ਤਾ ਹੋ ਗਿਆ ਜੀ, ਤਾਂ ਫਿਰ ਇਹਦੀ 10 ml ਡੋਜ਼ ਹੈ ਜੀ। ਆਪਾਂ ਤੁਹਾਨੂੰ ਦਿਖਾਵਾਂਗੇ ਜੀ ਸਪਰੇਅ ਕਰਕੇ, ਅਤੇ ਰਿਜ਼ਲਟ ਵੀ ਦਿਖਾਵਾਂਗੇ ਕਿਵੇਂ ਹੈ। ਵੈਸੇ ਅਸੀਂ ਪਿਛਲੇ ਸਾਲ ਵੀ ਕੀਤੀ ਸੀ, ਅਤੇ ਇਹਦਾ ਰਿਜ਼ਲਟ ਬਹੁਤ ਵਧੀਆ ਹੈ। ਬਾਕੀ ਕਿਸਾਨ ਦੋਸਤੋ, ਬਾਜ਼ਾਰ ਦੇ ਵਿੱਚ 10 ml ਵਾਲੀ ਜਿਹੜੀ ਆਪਾਂ ਨੂੰ ਕੋਪੀ ਮਿਲ ਜਾਂਦੀ ਹੈ ਜੀ, ਉਹ ਜ਼ਿਆਦਾ ਤੁਸੀਂ ਵਰਤ ਸਕਦੇ, ਮੇਰੇ ਕੋਲ ਕੋਪੀ ਥੋੜ੍ਹੀ ਵੱਡੀ ਹੈ, ਅਤੇ ਇਹਦੇ ਨਾਲ ਦਵਾਈ ਕਈ ਵਾਰੀ ਬਾਈ ਜ਼ਿਆਦਾ ਪੈ ਜਾਂਦੀ ਹੈ, ਹੋਰ ਕੋਈ ਗੱਲ ਨਹੀਂ, ਅਤੇ ਇਹਨੂੰ ਆਪਾਂ ਜ਼ਿਆਦਾ ਪਾਉਣਾ ਨਹੀਂਗਾ। ਇਹ ਟੈਕਨੀਕਲ ਵੈਸੇ ਬਾਜ਼ਾਰ ਦੇ ਵਿੱਚ ਹੋਰ ਵੀ ਕਾਫੀ ਕੰਪਨੀਆਂ ਦਾ ਉਪਲਬਧ ਹੈਗਾ, ਉਹ ਵੀ ਤੁਸੀਂ ਕਰ ਸਕਦੇ ਹਾਂ, ਅਤੇ ਆਪਾਂ ਤੁਹਾਨੂੰ ਪਿਆਜ਼ ਵੀ ਵਿਖਾਵਾਂਗੇ ਆਪਣਾ ਵੀ ਕਿਵੇਂ ਖੜਾ ਹੈ। ਇਹ ਆਪਾਂ ਹਾਈਬ੍ਰਿਡ ਪਿਆਜ਼ ਲਾਇਆ ਸੀ। ਇਸ ਟੈਕਨੀਕਲ ਦੀ ਸਪਰੇਅ ਆਪਾਂ ਕਿਸਾਨ ਵੀਰੋ ਲਸਣ ਦੇ ਵਿੱਚ ਵੀ ਕਰ ਸਕਦੇ ਹਾਂ, ਅਤੇ ਆਪਣਾ ਜਿਵੇਂ ਆਪਣਾ ਧਨੀਆ ਵਗੈਰਾ ਉਹਦੇ ਵਿੱਚ ਵੀ ਕਰ ਸਕਦੇ ਹਾਂ। ਜਿਨ੍ਹਾਂ ਕਿਸਾਨ ਵੀਰਾਂ ਦੇ ਖੇਤਾਂ ਦੇ ਵਿੱਚ ਗੁੱਲੀ ਡੰਡੇ ਦੀ ਸਮੱਸਿਆ ਹੈ, ਉਹ ਆਪਣੀ ਟੋਪਕ ਵੀ ਕਰ ਸਕਦੇ, ਜੀ ਟੋਪਕ ਆਪਾਂ ਵੀ ਕਣਕ ਦੇ ਉੱਪਰ ਕਰਦੇ ਹਾਂ, ਉਸ ਦੀ ਵੀ ਆਪਣੀ ਜਿਹੜੀ ਸਰਦੀਆਂ ਵਾਲੀਆਂ ਸਾਰੀਆਂ ਸਬਜ਼ੀਆਂ ਦੇ ਵਿੱਚ ਸਪਰੇਅ ਹੋ ਜਾਂਦੀ ਗੁੱਲੀ ਡੰਡੇ ਵਾਸਤੇ, ਜੇ ਕਰਨੀ ਤਾਂ ਕਰ ਸਕਦਾ ਕੋਈ ਕਿਸਾਨ ਵੀਰ। ਅਤੇ ਆਪਾਂ ਭਰ ਲਈਏ ਡਰਮੀ ਜੀ, ਅਤੇ ਆਪਾਂ ਚੱਲਦੇ ਹਾਂ ਖੇਤ ਦੇ ਵਿੱਚ। ਲਓ ਜੀ, ਚੱਕਦੇ ਹਾਂ ਜੀ ਆਪਾਂ ਡਰਮੀ। ਆਪਣਾ ਪਿਆਜ਼ ਲੱਗੇ ਨੂੰ ਜੀ ਅੱਜ 10 ਕੁ ਦਿਨ ਹੋ ਗਏ ਜੀ, ਅਤੇ ਵਧੀਆ ਚੱਲ ਪਿਆ। ਜਦੋਂ ਆਹ ਸਟੇਜ ਹੋਵੇ ਉਦੋਂ ਜਿਹੜੀ ਆਪਾਂ ਜਿਹੜੀ ਇਹਦੀ ਡੋਜ਼ ਹੈ ਦਵਾਈ ਦੀ ਉਹ 10 ml ਢੋਲੀ ਦੀ ਕਰ ਸਕਦੇ ਹਾਂ ਜੀ। ਚੌੜੇ ਪੱਤਲੇ ਲਗਭਗ ਸਾਰੇ ਨਦੀਨੇ ਦਵਾਈ ਮਾਰਦੀ ਹੈ ਜੀ, ਅਤੇ ਇਹਦਾ ਵਧੀਆ ਆਪਾਂ ਫਾਇਦਾ ਉਠਾ ਸਕਦੇ ਹਾਂ। ਬਾਕੀ ਹੋਰ ਵੀ ਬਾਜ਼ਾਰ ਦੇ ਵਿੱਚ ਦਵਾਈਆਂ ਤੁਹਾਨੂੰ ਦੱਸਿਆ ਹੀ ਹੈ ਜੀ ਵੀ ਉਪਲਬਧ ਹੈਗੀਆਂ, ਤੁਸੀਂ ਕੋਈ ਵੀ ਦਵਾਈ ਕਰ ਸਕਦੇ ਹਾਂ, ਅਸੀਂ ਵੈਸੇ ਇਹੀ ਵਰਤਦੇ ਹਾਂ ਜੀ, ਅਤੇ ਸਾਨੂੰ ਇਹਦੇ ਰਿਜ਼ਲਟ ਪਿਛਲੇ ਸਾਲ ਵੀ ਚੰਗੇ ਮਿਲੇ ਸੀਗੇ, ਅਸੀਂ ਲਸਣ ਦੇ ਵਿੱਚ ਵੀ ਪਿਛਲੇ ਸਾਲ ਕੀਤਾ ਸੀ, ਅਤੇ ਇਹ ਪਿਆਜ਼ ਦੇ ਵਿੱਚ ਵੀ ਕੀਤਾ ਸੀਗਾ ਜੀ। ਹਾਂਜੀ ਕਿਸਾਨ ਦੋਸਤੋ, ਇਹ ਆਪਣਾ ਲਸਣ ਹੈ ਜੀ, ਇਹਨੂੰ ਵੈਸੇ ਲਾਏ ਨੂੰ ਕਾਫੀ ਦਿਨ ਹੋ ਗਏ, ਇਹ ਤਾਂ ਮਹੀਨੇ ਤੋਂ ਉੱਪਰ ਦਾ ਹੋ ਗਿਆ, ਥੋੜ੍ਹਾ ਜਿਹਾ ਆਪਾਂ ਸਪਰੇਅ ਤੋਂ ਲੇਟ ਹੋ ਗਏ, ਇਹਦੇ ਵਿੱਚ ਵੀ ਆਪਾਂ ਸਪਰੇਅ ਕਰ ਸਕਦੇ ਹਾਂ, ਅਤੇ ਇਹਦਾ ਰਿਜ਼ਲਟ ਵੈਸੇ ਬਹੁਤ ਵਧੀਆ ਜੀ, ਸਾਨੂੰ ਤਾਂ ਪਿਛਲੇ ਸਾਲ ਚੰਗਾ ਰਿਜ਼ਲਟ ਮਿਲਿਆ।
ਲਗਭਗ ਚੌੜੇ ਪੱਤੇ ਵਾਲੇ ਸਾਰੇ ਨੇ ਦੀਨ ਹੀ ਮਾਰਦੀ ਹੈ ਜੀ ਦਵਾਈ ਇਹ। ਆਹ ਦੇਖ ਸਕਦੇ ਤੁਸੀਂ ਚੌੜੇ ਪੱਤੇ ਵਾਲੇ ਆਪਣੇ ਪਾਲਕ ਵਗੈਰਾ, ਮੈਨਾ ਵਗੈਰਾ ਜੀ, ਅਤੇ ਖਾਸ ਕਰਕੇ ਜਿਹੜੀ ਆਪਣੀ ਮੁਰਕ ਵਗੈਰਾ ਹੋ ਜਾਂਦੀ ਉਸ 'ਤੇ ਵੀ ਇਹ ਵਧੀਆ ਕੰਮ ਕਰਦੀ ਹੈ ਜੀ, ਉਹਦੇ ਵਾਸਤੇ ਵੀ ਤੁਸੀਂ ਕਰ ਸਕਦੇ। ਅਤੇ ਜਿਵੇਂ ਤੁਸੀਂ ਵੇਖ ਸਕਦੇ ਵੀ ਆਪਣੇ ਲਸਣ ਦੇ ਵਿੱਚ ਥੋੜ੍ਹਾ ਜਿਹਾ ਗਲੂਟਿਨਾ ਵੀ ਹੈਗਾ ਜੀ, ਇਹਦੇ ਵਾਸਤੇ ਤੁਸੀਂ ਟੋਪਿਕ ਦਵਾਈ ਵਰਤ ਸਕਦੇ ਆ ਜੀ। ਵੈਸੇ ਸਰਦੀਆਂ ਵਾਲੀਆਂ ਜਿਹੜੀਆਂ ਸਾਰੀਆਂ ਸਬਜ਼ੀਆਂ ਦੇ ਵਿੱਚ ਜੀ ਜਿਹੜੀ ਟੋਪਿਕ ਦਵਾਈ ਹੋ ਜਾਂਦੀ ਹੈ ਉਹ ਵੀ ਤੁਸੀਂ ਕਰ ਸਕਦੇ ਆ। ਹਾਂਜੀ ਕਿਸਾਨ ਦੋਸਤੋ, ਆਪਾਂ ਅੱਜ ਕਰ ਰਹੇ ਜੀ ਗੋਲ ਦਵਾਈ, ਜੋ ਕਿ ਡੋਵ ਕੰਪਨੀ ਦੀ ਆਉਂਦੀ ਹੈ। ਇਹ ਹੋਰ ਵੀ ਕਾਫੀ ਕੰਪਨੀਆਂ ਦਾ ਟੈਕਨੀਕਲ ਆਉਂਦਾ ਜੀ, ਇਹਦੇ ਵਿੱਚ ਆਕਸੀਫਲੋਰੋਫਿਨ 23.5 EC ਹੈ ਜੀ, ਅਤੇ ਇਹਦੀ ਜਿਹੜੀ ਕਿੱਲੇ ਦੀ ਡੋਜ਼ ਆ ਉਹ 180 ml ਹੈ ਜੀ। ਹਾਂਜੀ ਕਿਸਾਨ ਦੋਸਤੋ, ਜਿਨ੍ਹਾਂ ਕਿਸਾਨ ਭਰਾਵਾਂ ਨੇ ਮੇਰਾ ਫੇਸਬੁੱਕ ਪੇਜ ਖੇਤੀਬਾਤਾਂ ਹਜੇ ਤੱਕ ਫੋਲੋ ਨਹੀਂ ਕੀਤਾ, ਉਹ ਕਿਸਾਨ ਵੀਰ ਪੇਜ ਨੂੰ ਫੋਲੋ ਕਰ ਲਓ ਤਾਂ ਕਿ ਤੁਹਾਡੇ ਕੋਲ ਨਵੀਂ ਨਵੀਂ ਜਾਣਕਾਰੀ ਆਉਂਦੀ ਰਹੇ। ਯੂਟਿਊਬ 'ਤੇ ਸਾਡਾ ਜੀ ਚੈਨਲ ਖੇਤੀਬਾਤਾਂ ਸੋਹਣਾ ਪੰਜਾਬ ਦੇ ਨਾਂ 'ਤੇ ਹੈ, ਉਹਨੂੰ ਤੁਸੀਂ ਸਬਸਕ੍ਰਾਈਬ ਕਰੋ ਜੀ ਅਤੇ ਬੈੱਲ ਆਈਕੋਨ ਬਟਨ ਨੂੰ ਦਬਾਓ ਤਾਂ ਕਿ ਤੁਹਾਡੇ ਕੋਲ ਨਵੀਂ ਨਵੀਂ ਜਾਣਕਾਰੀ ਮਿਲਦੀ ਰਹੇ।